ਉਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਚੋਂ ਕੱਢੇ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਖਿਲਾਫ ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪ ਪ੍ਰਧਾਨ ਕੁਲਵਿੰਦ ਸਿੰਘ ਬਾਠ ਨੇ ਸਾਹਮਣੇ ਆ ਕੇ ਜੀਕੇ ਤੇ ਗੁਰੂ ਦੀ ਗੋਲਕ ਲੁੱਟਣ ਦੇ ਇਲਜ਼ਾਮ ਲਗਾਏ ਹਨ। ਰੂਪਨਗਰ ਪਹੁੰਚੇ ਕੁਲਵੰਤ ਸਿੰਘ ਬਾਠ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮਨਜੀਤ ਜੀਕੇ ਵੱਲੋਂ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰਦੇ ਹੋਏ ਗੁਰੂ ਦੀ ਗੋਲਕ ਨੂੰ ਲੁੱਟਿਆ ਜਾ ਰਿਹਾ ਸੀ। ਬਾਠ ਨੇ ਦੱਸਿਆ ਕਿ ਜੀਕੇ ਨੇ ਆਪਣੇ ਕਾਰਜਕਾਲ ਦੇ ਦੌਰਾਨ ਗੁਰਦੁਆਰੇ ਦੇ ਲੱਖਾਂ ਰੁਪਏ ਦਾ ਗਬਨ ਕੀਤਾ। ਜੀਕੇ ਨੇ ਆਪਣਾ ਪੱਖ ਰੱਖਣ ਦਾ ਵੀ ਪੂਰਾ ਮੌਕਾ ਦਿੱਤਾ ਗਿਆ ਸੀ, ਪਰ ਉਹਨਾਂ ਦੇ ਜਵਾਬ ਨਾ ਦੇਣ ਤੇ ਕੋਰ ਕਮੇਟੀ ਨੇ ਉਹਨਾਂ ਨੂੰ ਪਾਰਟੀ ਚੋਂ ਕੱਢਣ ਦਾ ਫੈਸਲਾ ਕੀਤਾ। ਕੁਲਵੰਤ ਬਾਠ ਨੇ ਜੀਕੇ ਨੂੰ ਲੈ ਕੇ ਹੋਰ ਕਈ ਇਲਜ਼ਾਮ ਲਗਾਏ, ਆਓ ਤੁਸੀਂ ਖੁਦ ਸੁਣੋ। ਵਿਸ਼ਵਾਸ ਕੀਤਾ, ਪਾਰਟੀ ਨੇ ਵਿਸ਼ਵਾਸ ਕੀਤਾ, ਉਹਨਾਂ ਨੂੰ ਵੱਡੀ ਸੇਵਾ ਦਿੱਤੀ। ਜਿੱਥੇ ਉਹ ਦਿੱਲੀ ਯੂਨਿਟ ਦੇ ਅਕਾਲੀ ਦਲ ਦੇ ਪ੍ਰਧਾਨ ਸੀ, ਉੱਥੇ ਨਾਲ ਇਹ ਦਿੱਲੀ ਕਮੇਟੀ ਦੇ 3 ਵਾਰ ਪ੍ਰਧਾਨ ਉਹਨਾਂ ਨੂੰ ਪਾਰਟੀ ਵੱਲੋਂ ਬਣਾਇਆ ਗਿਆ। ਲੇਕਿਨ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਉਹਨਾਂ ਨੇ ਜਿੱਥੇ ਪਾਰਟੀ ਦੇ ਨਾਲ ਵਿਸ਼ਵਾਸਘਾਤ ਕੀਤਾ, ਉੱਥੇ ਉਹਨਾਂ ਨੇ ਗੁਰੂ ਦੀ ਸੰਗਤ ਦੇ ਨਾਲ ਵਿਸ਼ਵਾਸਘਾਤ ਕੀਤਾ ਕਿ ਸੰਗਤ ਦੇ ਵੱਲੋਂ ਦਿੱਤੇ ਗਏ ਹੋਏ ਸਹਿਯੋਗ, ਚਾਹੇ ਉਹ ਵਰਦੀਆਂ ਦੇ ਵਾਸਤੇ ਪੈਸਾ ਦਿੱਤਾ ਗਿਆ ਹੋਵੇ, ਚਾਹੇ ਉਹ ਕਿਸੇ NRI ਵੱਲੋਂ $1,00,000 ਜਿਹੜਾ ਦਿੱਲੀ ਕਮੇਟੀ ਨੂੰ ਭੇਜਿਆ ਹੋਵੇ ਐਜੂਕੇਸ਼ਨ ਵਾਸਤੇ, ਚਾਹੇ ਉਹ ਕਿਤਾਬਾਂ ਦੀ ਛਪਾਈ ਦਾ ਮਾਮਲਾ ਹੋਵੇ, ਸਾਰੇ ਜਿਹੜੇ ਸਕੈਮ ਕੀਤੇ ਉਹਨਾਂ ਨੇ ਇੱਕ ਸਾਜਿਸ਼ ਦੇ ਤਹਿਤ ਕੀਤੇ। ਔਰ ਮੈਂ ਸਮਝਦਾ ਕਿ ਇਸ ਤੋਂ ਪਹਿਲਾਂ ਕਿਸੇ ਪ੍ਰਧਾਨ ਵੱਲੋਂ ਇਸ ਤਰੀਕੇ ਦੀ ਘਟੀਆ ਜਿਹੜੀ ਹੈ ਹਰਕਤ ਨਹੀਂ ਕੀਤੀ ਗਈ ਜੋ ਸਰਦਾਰ ਮਨਜੀਤ ਸਿੰਘ ਜੀਕੇ ਨੇ ਕੀਤੀ। ਮਨਜੀਤ ਸਿੰਘ ਜੀਕੇ ਨੂੰ ਬਰਾਬਰ ਮੌਕਾ ਦਿੱਤਾ ਗਿਆ ਕਿ ਉਹ ਆਪਣਾ ਪੱਖ ਜਿਹੜਾ ਪਾਰਟੀ ਦੇ ਵਿੱਚ ਰੱਖਣ, ਸੰਗਤ ਦੇ ਵਿੱਚ ਰੱਖਣ, ਲੇਕਿਨ ਉਹਨਾਂ ਦਾ ਵਾਰ ਵਾਰ ਇਹ ਕਹਿਣਾ ਕਿ ਮੈਂ ਵਕਤ ਆਉਣ 'ਤੇ ਦੱਸਾਂਗਾ, ਵਕਤ ਆਉਣ 'ਤੇ ਦੱਸਾਂਗਾ। ਇਸ ਕਰਕੇ ਮਨਜੀਤ ਸਿੰਘ ਜੀਕੇ ਨੂੰ ਪਾਰਟੀ ਦੀ ਕੋਰ ਕਮੇਟੀ ਨੇ ਪਾਰਟੀ ਤੋਂ ਬਾਹਰ ਕੱਢਣ ਦਾ ਜਿਹੜਾ ਰੁੱਖ ਹੈ ਉਹ ਬਣਾਇਆ। ਇਹ ਤਾਂ ਇਹ ਜਾ ਰਿਹਾ ਜੀ ਮਨਜੀਤ ਸਿੰਘ ਜੀਕੇ ਵੱਲੋਂ ਬਾਦਲਾਂ ਦੇ ਖਿਲਾਫ ਜਿਹੜੇ ਬਿਆਨ ਦਿੱਤੇ ਆ ਉਹਦੇ ਕਰਕੇ ਕੱਢਿਆ ਗਿਆ ਜਿਹੜਾ ਖਹਿਬਾਜੀ ਕਰਕੇ ਜਿਹੜਾ ਮਨਜੀਤ ਸਿੰਘ ਜੀਕੇ ਨੇ ਬਾਦਲਾਂ ਦੇ ਖਿਲਾਫ ਕਦੋਂ ਬਿਆਨ ਦਿੱਤੇ ਆ ਮੈਂ ਇਸ ਗੱਲ 'ਚ ਜਾਣਾ ਨਹੀਂ ਚਾਹੁੰਦਾ। ਮਨਜੀਤ ਸਿੰਘ ਜੀਕੇ ਨੇ 1-2 ਬਿਆਨ ਉਹ ਵੀ ਬੜੇ ਕਲੀਅਰ ਨਹੀਂ ਆ ਪਿਛਲੇ ਦਿਨਾਂ 'ਚ ਦੇਖਣ ਨੂੰ ਮਿਲੇ, ਲੇਕਿਨ ਮਨਜੀਤ ਸਿੰਘ ਜੀਕੇ ਜਿੰਨੀਆਂ ਗੱਲਾਂ ਕਰ ਰਿਹਾ, ਮਨਜੀਤ ਸਿੰਘ ਜੀਕੇ ਨੂੰ ਪੁੱਛਿਆ ਜਾਵੇ ਪ੍ਰੈਸ ਵੱਲੋਂ ਕਿ ਜਦੋਂ ਉਹ ਗੱਲ ਕਰ ਰਿਹਾ ਗੁਰਮੀਤ ਰਾਮ ਰਹੀਮ ਸਿੰਘ ਦੀ ਮਾਫੀ ਦੀ, ਅਤੇ ਉਦੋਂ ਆਪਣੇ ਸਾਥੀਆਂ ਨੂੰ ਲੈ ਕੇ ਜਥੇਦਾਰ ਅਕਾਲ ਤਖਤ ਸਰਦਾਰ ਗੁਰਬਚਨ ਸਿੰਘ ਜੀ ਕੋਲ ਕੀ ਕਰਨ ਗਏ ਸੀ, ਧੰਨਵਾਦ ਕਰਨ ਗਏ ਸੀ ਉਹਨਾਂ ਦਾ? ਅਤੇ ਉਹਨਾਂ ਤੋਂ ਸਵਾਲ ਖੜੇ ਕਰਦੇ ਹਾਂ ਆਪਾਂ ਕਿ ਅੱਜ ਉਹ ਸੰਗਤ ਨੂੰ ਕੇਵਲ ਅਤੇ ਕੇਵਲ ਗੁੰਮਰਾਹ ਕਰ ਰਹੇ ਹੈ, ਜਦਕਿ ਉਹ ਖੁਦ ਇਹਦੇ ਵਿੱਚ ਇਨਵੋਲਵ ਰਹੇ ਹੈ। ਅੱਜ ਜਿੰਨਾ ਮਰਜ਼ੀ ਮਨਜੀਤ ਸਿੰਘ ਜੀਕੇ ਝੂਠ ਬੋਲ ਲਵੇ, ਸੰਗਤ ਉਹਨਾਂ ਨੂੰ ਕਦੇ ਮਾਫ਼ ਨਹੀਂ ਕਰੇਗੀ। ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਵਧਾਈ ਗਈ ਬਿਜਲੀ ਦਰਾਂ ਨੂੰ ਲੈ ਕੇ ਲੁਧਿਆਣਾ 'ਚ ਵਪਾਰ ਮੰਡਲ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਵਪਾਰੀਆਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਸੂਬਾ ਸਰਕਾਰ ਖਿਲਾਫ਼ ਜੰਮ ਕੇ ਆਪਣੀ ਭੜਾਸ ਕੱਢੀ। ਪ੍ਰਦਰਸ਼ਨ ਕਰ ਰਹੇ ਵਪਾਰੀਆਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਸੂਬੇ ਦੀ ਜਨਤਾ ਉੱਤੇ ਬੋਝ ਪਾਇਆ ਜਾ ਰਿਹਾ ਅਤੇ ਉਹ ਮੰਗ ਕਰਦੇ ਹਨ ਕਿ ਸਰਕਾਰ ਆਪਣੇ ਇਸ ਫੈਸਲੇ ਨੂੰ ਜਲਦ ਵਾਪਸ ਲਵੇ। ਇੱਥੇ ਪਹੁੰਚੇ ਅਕਾਲੀ ਦਲ ਦੇ ਜ਼ਿਲ੍ਹਾ ਯੂਥ ਪ੍ਰਧਾਨ ਗੁਰਦੀਪ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਲੋਕਾਂ ਤੋਂ ਵਪਾਰੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਬਿਜਲੀ ਦੀ ਕੀਮਤ ਘੱਟ ਕਰਨਗੇ, ਪਰ ਸਰਕਾਰ ਇਸ ਦੇ ਉਲਟ ਕੰਮ ਕਰ ਰਹੀ ਹੈ ਅਤੇ ਆਏ ਦਿਨ ਬਿਜਲੀ ਦੀਆਂ ਕੀਮਤਾਂ ਵਧਾ ਰਹੀ ਹੈ। ਚੋਣਾਂ ਹੋ ਗਈਆਂ, ਪੰਜਾਬ ਦੇ ਲੋਕਾਂ ਨੇ ਇੱਕ ਵਾਰ ਫਿਰ ਕੈਪਟਨ ਦੇ ਝੂਠੇ ਵਾਅਦਿਆਂ ਦੇ ਉੱਤੇ ਵਿਸ਼ਵਾਸ ਕੀਤਾ। ਪਿਛਲੀ ਵਾਰ ਕੈਪਟਨ ਨੇ ਕਿਹਾ ਸੀ 5 ਰੁਪਏ ਬਿਜਲੀ, ਬੇਰੁਜ਼ਗਾਰ ਦੂਰ ਕਰਾਂਗੇ, ਨਸ਼ਾ ਦੂਰ ਕਰਾਂਗੇ। ਪੰਜਾਬ ਦੇ ਲੋਕ ਫਿਰ ਕੈਪਟਨ ਦੇ ਚਾਂਸੇ 'ਚ ਆ ਗਏ। 8 ਸੀਟਾਂ ਪੰਜਾਬ ਨੂੰ ਕਾਂਗਰਸ ਨੇ ਜਿੱਤੀਆਂ, ਪਰ ਜਿੱਤਦਿਆਂ ਇੱਕ ਤੋਹਫ਼ਾ ਸਾਡੇ ਮੂੰਹ ਦੇ ਉੱਤੇ ਵਪਾਰੀਆਂ ਉਦਯੋਗਪਤੀਆਂ ਦੇ ਚਪੇੜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਲਗਾਈ ਕਿ 2.1% ਬਿਜਲੀ ਰੇਟ ਪਿਛਲੇ ਮਹੀਨਿਆਂ ਤੋਂ ਵਧਾ ਦਿੱਤੇ। ਜਦਕਿ ਮਾਨਣੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੀ ਸਰਕਾਰ ਨੂੰ ਔਰ ਹਰਿਆਣਾ ਦੀ ਸਰਕਾਰ ਨੂੰ ਇੱਕ ਨੋਟਿਸ ਜਾਰੀ ਕੀਤਾ ਕਿ ਜਿਹੜੇ ਸ਼ਾਹੂਕਾਰ ਕਿਸਾਨ ਨੇ, ਵੱਡੇ ਕਿਸਾਨ ਨੇ, 7,000 ਕਰੋੜ ਰੁਪਏ ਦੀ ਮੁਫ਼ਤ ਬਿਜਲੀ ਉਹਨਾਂ ਦੀ ਬੰਦ ਕਰਕੇ ਪੰਜਾਬ ਦੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ, ਅਤੇ 6 ਅਗਸਤ ਦਾ ਨੋਟਿਸ ਦਿੱਤਾ।
ਪਰ ਸਰਕਾਰ ਨੇ ਉਹ ਨੋਟਿਸ ਦੀ ਪਰਵਾਹ ਨਹੀਂ ਕੀਤੀ, ਪੰਜਾਬ ਹਰਿਆਣਾ ਹਾਈਕੋਰਟ ਦੀ ਪਰਵਾਹ ਨਹੀਂ ਕੀਤੀ ਔਰ ਫਿਰ ਬਿਜਲੀ ਰੇਟ ਵਧਾ ਤੇ। ਅਸੀਂ ਪੰਜਾਬ ਭਰ ਦੇ ਵਿਰੋਧ ਦਾ ਪ੍ਰਦਰਸ਼ਨ ਸ਼ੁਰੂ ਕਰਤਾ, ਅੱਜ ਰੋਸ ਮਾਰਚ ਕੱਢਿਆ ਗਿਆ, ਅੱਜ ਪੁਤਲਾ ਪ੍ਰਦਰਸ਼ਨ ਹੋਇਆ, ਹੁਣ ਇਹ ਪੂਰੇ ਪੰਜਾਬ 'ਚ ਹੋਏਗਾ। ਹੁਣ ਪੰਜਾਬ ਸਰਕਾਰ ਦੀ ਅਰਥੀ ਪ੍ਰਦਰਸ਼ਨ ਵੀ ਅਸੀਂ ਪੂਰੇ ਸ਼ਹਿਰ 'ਚ ਕਰਾਂਗੇ, ਪੂਰੇ ਪੰਜਾਬ 'ਚ ਕਰਾਂਗੇ। ਬੇਰੁਜ਼ਗਾਰੀ ਵਧੇਗੀ, ਸਾਰੇ ਨੌਜਵਾਨ ਪੰਜਾਬ ਦੇ ਵਿਦੇਸ਼ਾਂ 'ਚ ਭੱਜ ਰਹੇ ਨੇ ਔਰ ਸਰਕਾਰ ਠੁਨ ਠੁਨ ਗੋਪਾਲ ਹੋ ਗਈ ਹੈ। ਅੱਜ ਸਰਕਾਰ ਨੂੰ ਮੰਗ ਕਰਦੇ ਹਾਂ ਕਿ 22,000 ਉਦਯੋਗ ਪਹਿਲਾਂ ਹੀ ਪੰਜਾਬ 'ਚੋਂ ਜਾ ਚੁੱਕੇ ਨੇ, ਬਾਕੀ ਵੀ ਉਦਯੋਗਾਂ ਨੂੰ ਬੰਦ ਕਰਵਾਉਣਾ ਚਾਹੁੰਦੇ ਨੇ। ਪੰਜਾਬ ਨੀਰਸ ਹੋ ਜਾਏਗਾ, ਪੰਜਾਬ ਨੂੰ ਬਚਾਉਣ ਦੇ ਲਈ ਆਓ ਪੰਜਾਬ ਵਾਸੀਓ, ਸਰਕਾਰ ਦੇ ਹੋਰ ਟਿਕਾਣੇ ਲਿਆਈਏ, ਬਿਜਲੀ ਰੇਟ ਖਤਮ ਕਰਵਾਈਏ, 5 ਰੁਪਏ ਬਿਜਲੀ ਰੇਟ ਫੇਰ ਆਉਣ, ਤਾਂ ਕਿ ਪੰਜਾਬ ਦੀ ਹੋਜਰੀ, ਪੰਜਾਬ ਦੀ ਇੰਡਸਟਰੀ, ਪੰਜਾਬ ਦਾ ਸਾਈਕਲ, ਪੰਜਾਬ ਦਾ ਮਾਨਚੈਸਟਰ ਫੇਰ ਬਚ ਸਕੇ। 12ਵੀਂ ਵਾਰ ਅੱਜ ਧੋਖਾ ਕੀਤਾ ਗਿਆ ਵਪਾਰੀਆਂ ਨਾਲ। ਹਮੇਸ਼ਾ ਇਹਨਾਂ ਨੇ ਗੱਲ ਕੀਤੀ ਸੀ, ਕਾਂਗਰਸ ਸਰਕਾਰ ਜਦੋਂ ਆਈ ਸੀ ਇਹਨਾਂ ਨੇ ਕਿਹਾ ਸੀਗਾ, ਇਹਨਾਂ ਨੇ ਚੋਣ ਮੈਨੀਫੈਸਟੋ 'ਚ ਰੱਖਿਆ ਸੀ ਕਿ 5 ਰੁਪਏ ਬਿਜਲੀ ਦੇਵਾਂਗੇ। ਉਲਟਾ ਵਪਾਰੀਆਂ ਨਾਲ ਧੋਖਾ, 12ਵੀਂ ਵਾਰ ਲਗਾਤਾਰ ਵਧਾਇਆ ਗਿਆ ਰੇਟ, 2.1 ਜਿਹੜਾ ਪਰਸੈਂਟ ਵਧਾ ਦਿੱਤਾ ਗਿਆ। ਜਿੱਥੇ ਨਾਲ ਦੀ ਸਟੇਟ ਦੇਖ ਲਓ ਹਰਿਆਣੇ ਦੇ ਵਿੱਚ, ਉੱਥੇ 2.5 ਰੁਪਏ ਯੂਨਿਟ ਮਿਲ ਰਿਹਾ, ਹਿਮਾਚਲ ਚਲ ਜਾਓ ਉੱਥੇ ਅੱਧੀ ਰੇਟ 'ਤੇ ਮਿਲ ਰਹੀ ਹੈ। ਇੱਥੋਂ ਪਤਾ ਲੱਗਦਾ ਵੀ ਪੰਜਾਬ ਦੇ ਜਿਹੜੇ ਕੈਪਟਨ ਸਰਕਾਰ ਹੈ, ਕਾਂਗਰਸ ਸਰਕਾਰ ਆ, ਹਮੇਸ਼ਾ ਵਪਾਰੀਆਂ ਨਾਲ ਧੋਖਾ ਕਰਦੀ ਹੈ, ਵੋਟਾਂ ਲੈਣ ਪਿੱਛੇ ਕੰਮ ਕੀਤਾ ਜਾਂਦਾ। ਹੁਣ ਅੱਜ ਤੁਸੀਂ ਦੇਖੋ ਵੀ ਰੇਟ ਜਿਹੜੇ ਵਧਾਇਆ ਮਾਰਚ ਤੋਂ ਲਾਗੂ ਕਰ ਦਿੱਤੇ ਗਏ, ਉਹਨਾਂ ਨੂੰ ਪਤਾ ਸੀ ਵੀ ਹੁਣ ਚੋਣਾਂ ਹੈਗੀਆਂ, ਚੋਣਾਂ ਕੱਢ ਕੇ ਰੇਟ ਪਿੱਛੇ ਤੋਂ ਲੱਗਦੇ, ਇਹਦਾ ਮਤਲਬ ਕਿ ਧੋਖਾ ਦੇ ਕੇ ਵੋਟਾਂ ਲਿੱਤੀਆਂ ਜਾਂਦੀਆਂ। 8 ਸੀਟਾਂ ਜ਼ਰੂਰ ਇਹਨਾਂ ਨੇ ਜਿੱਤ ਲਈਆਂ, ਪਰ ਵਪਾਰੀਆਂ ਨਾਲ ਧੱਕਾ ਕੀਤਾ। ਇਹ ਸ਼ਾਂਤ ਨਹੀਂ ਹੋਣਾ, ਅੱਜ ਰੋਸ ਮਾਰਚ ਵੀ ਕੱਢਿਆ ਗਿਆ, ਉਹਨਾਂ ਦਾ ਪੁਤਲਾ ਵੀ ਸੜ ਗਿਆ ਕੈਪਟਨ ਸਰਕਾਰ ਦਾ। ਆਉਣ ਵਾਲੇ ਟਾਈਮ 'ਚ ਰੋਸ ਹੋਰ ਵਧੂਗਾ, ਜਦ ਤੱਕ ਰੇਟ ਵਾਪਸ ਨਹੀਂ ਲਓਗੇ, ਪੰਜਾਬ ਵਪਾਰੀ ਸਾਰੇ ਇਕੱਠੇ ਹੋ ਕੇ ਇਹਦੇ ਖਿਲਾਫ ਸੰਘਰਸ਼ ਜਾਰੀ ਰੱਖਣ। ਤੇ ਭਾਰਤੀ ਜਨਤਾ ਪਾਰਟੀ ਦੀ ਅੰਮ੍ਰਿਤਸਰ ਇਕਾਈ ਵੱਲੋਂ ਲੋਕਾਂ ਨੂੰ LED ਲਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਹੁੰ ਚੁੱਕ ਸਮਾਗਮ ਦਿਖਾਇਆ ਗਿਆ, ਜਿਸ ਤੋਂ ਬਾਅਦ ਭਾਜਪਾ ਵਰਕਰਾਂ ਵੱਲੋਂ ਲੱਡੂ ਵੰਡ, ਭੰਗੜੇ ਪਾ ਤੇ ਆਤਿਸ਼ਬਾਜ਼ੀ ਕਰ ਆਪਣੀ ਖੁਸ਼ੀ ਜ਼ਾਹਰ ਕੀਤੀ ਗਈ। ਭਾਜਪਾ ਨੇਤਾ ਰਾਜੇਸ਼ ਹਨੀ ਨੇ ਕਿਹਾ ਕਿ ਭਾਜਪਾ ਦੇ ਦੇਸ਼ ਵਿੱਚ ਕੀਤੇ ਗਏ ਕੰਮਾਂ ਕਾਰਨ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ। ਉਹਨਾਂ ਕਿਹਾ ਕਿ 2022 ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਭਾਜਪਾ ਗਠਬੰਧਨ ਨੂੰ ਜਿੱਤ ਕੇ ਪੰਜਾਬ ਤੇ ਅੰਮ੍ਰਿਤਸਰ ਨੂੰ ਕਾਂਗਰਸ ਮੁਕਤ ਕਰਨਗੇ। ਮੋਦੀ ਸਰਕਾਰ ਦੀ ਕੀਤੇ ਕੰਮ, ਮੋਦੀ ਸਰਕਾਰ ਦੀਆਂ ਨੀਤੀਆਂ ਹੋਰ ਥੱਲੇ ਤੱਕ ਲੋਕਾਂ 'ਚ ਲੈ ਕਰਕੇ ਜਾਵਾਂਗੇ ਔਰ 2022 ਦੇ ਵਿੱਚ ਅੰਮ੍ਰਿਤਸਰ ਔਰ ਪੰਜਾਬ ਕਾਂਗਰਸ ਮੁਕਤ ਕਰਾਂਗੇ ਔਰ 2024 'ਚ ਵੀ ਭਾਰਤੀ ਜਨਤਾ ਪਾਰਟੀ ਦੇ ਹੀ ਕਾਰਜਕਰਤਾ ਨੂੰ ਅੰਮ੍ਰਿਤਸਰ ਤੋਂ MP ਬਣਾ ਕਰਕੇ ਭੇਜਾਂਗੇ। ਅੱਜ ਅੰਮ੍ਰਿਤਸਰ ਭਾਰਤੀ ਜਨਤਾ ਪਾਰਟੀ ਕਰਲੇ ਦੇ ਵਿੱਚ ਢੋਲ ਦੀ ਥਾਪ ਉੱਤੇ ਕਾਰਜਕਰਤਾ ਨੱਚੇ ਨੇ, ਪਟਾਕੇ ਚਲਾਏ ਗਏ ਨੇ, ਲੱਡੂ ਵੰਡੇ ਗਏ ਨੇ ਔਰ ਵੱਡੀ LED ਸਕਰੀਨ ਲਗਾ ਕੇ ਲਾਈਵ ਪ੍ਰੋਗਰਾਮ ਚਲਾਇਆ ਗਿਆ ਹੈ। ਕਾਰਜਕਰਤਾ ਵਿੱਚ ਬੜਾ ਖੁਸ਼ੀ ਦਾ ਮਾਹੌਲ ਹੈ ਔਰ ਕਾਰਜਕਰਤਾ ਆਪਣੇ ਆਪ ਨੂੰ ਬੜੇ ਗੌਰਵਾਂਤਿਕ ਮਹਿਸੂਸ ਕਰ ਰਹੇ ਨੇ।